ਮੈਂ ਜੀ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ਾ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਸਾਡੇ ਸਾਰਿਆਂ ਦੇ ਸਿਰ ਦੇ ਉੱਤੇ ਮੰਡਰਾ ਰਿਹਾ ਜੀ, ਕਰੋਨਾ ਦੇ ਬਾਰੇ। ਮੈਂ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਸਾਰੇ ਆਪ ਜੀ ਦੇ ਚਰਨਾਂ ਜਾਗਰੂਕ ਕਰਨ ਵਾਸਤੇ ਮੈਂ ਆਪ ਜੀ ਨੂੰ ਸੰਬੋਧਿਤ ਹਾਂ। ਸੋ ਉਮੀਦ ਕਰਦਾ ਕਿ ਥੋੜ੍ਹਾ ਜਿਹਾ ਸਮਾਂ ਬਖਸ਼ੋਗੇ, ਕਿਉਂਕਿ ਜਿਹੜੇ ਸਿਰ ਇਸ ਵੇਲੇ ਸਾਡੇ ਸਿਰ ਦੇ ਉੱਤੇ ਹਾਲਾਤ ਪਏ ਨੇ, ਇਹ ਕੋਈ ਬੜਾ ਅਣਚਿਤਵਿਆ ਜਿਹਾ ਇੱਕ ਪਸਾਰਾ ਹੈ ਜੀ, ਜਿਹੜਾ ਪੰਜਾਬ ਦੇ ਵਿੱਚ ਔਰ ਸਾਰੇ ਮੁਲਕ ਨੂੰ ਹੀ ਆਪਣੀ ਗ੍ਰਿਫਤ ਦੇ ਵਿੱਚ ਲੈ ਰਿਹਾ ਹੈ। ਅਸੀਂ ਬੜੇ ਅਵੇਸਲੇ ਜੇ ਬੈਠੇ ਰਹੇ ਹਾਂ ਔਰ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਸ ਵੇਲੇ ਜਿਹੜਾ ਹੈਗਾ ਆ, ਸਾਨੂੰ ਡਰ ਹੈਗਾ ਕਿ ਇਹ ਪੰਜਾਬ ਦੇ ਵਿੱਚ ਇੱਕ ਮਹਾਂਮਾਰੀ ਦੇ ਰੂਪ ਦੇ ਵਿੱਚ ਜ਼ਰੂਰ ਫੈਲੇਗਾ। ਸੋ ਇਸ ਵੇਲੇ ਜਿਹੜੀ ਪੰਜਾਬ ਸਰਕਾਰ ਨੇ ਲੋਕਡਾਊਨ ਵਾਲੀ ਕੰਡੀਸ਼ਨ ਦੀ ਫੇਲੀਅਰ ਤੋਂ ਬਾਅਦ 'ਚ ਜਿਹੜਾ ਕਰਫਿਊ ਨਾਫਜ਼ ਕੀਤਾ ਹੈ, ਸੋ ਉਹਦੇ ਬਾਰੇ ਵੀ ਬੇਨਤੀ ਹੈ ਕਿ ਕਰਫਿਊ ਲੱਗਣ ਦੇ ਬਾਵਜੂਦ ਵੀ ਮੈਂ ਸਵੇਰੇ ਸ਼ਾਮ ਰਾਤ ਨੂੰ ਡਾਕਟਰਾਂ ਦੀਆਂ ਡਿਊਟੀਆਂ ਲੱਗ ਰਹੀਆਂ ਨੇ ਔਰ ਅਸੀਂ ਵੇਖ ਰਹੇ ਹਾਂ ਜੀ ਕਿ ਅਸੀਂ ਆਉਂਦੇ ਜਾਂਦੇ ਵੇਖਦੇ ਹਾਂ ਕਿ ਲੋਕ ਇਸ ਨੂੰ ਇੱਕ ਨਾ ਬੜਾ ਕੋਈ ਇੱਕ ਈਵੈਂਟ ਜਿਹਾ ਮੰਨ ਕੇ ਬਸ ਸੜਕਾਂ ਦੇ ਉੱਤੇ ਘੁੰਮਣਦੇ ਨੇ, ਕਲਕਾਰੀਆਂ ਮਾਰਦੇ ਨੇ ਗਲੀਆਂ ਬਾਜ਼ਾਰਾਂ ਦੇ ਵਿੱਚ। ਪਿੰਡਾਂ ਦੇ ਵਿੱਚ ਵੀ ਸਾਡੀਆਂ ਰੋਟੇਸ਼ਨ ਦੇ ਵਿੱਚ ਡਿਊਟੀਆਂ ਲੱਗੀਆਂ, ਅਸੀਂ ਵੇਖਦੇ ਉੱਥੇ ਪਿੰਡਾਂ ਦੇ ਵਿੱਚ ਚਲੋ ਪੁਲਿਸ ਨਹੀਂ ਪੰਜਾਬ ਜਿੱਥੇ ਕਿ ਕਰੋਨਾ ਵਾਇਰਸ ਦੇ ਕਰਕੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਆਰਡਰ ਦਿੱਤੇ ਗਏ ਨੇ, ਜਿੱਥੇ ਕਿ ਆਰਡਰ ਦਿੱਤੇ ਗਏ ਨੇ ਅਤੇ ਉੱਥੇ ਹੀ ਲੋਕ ਫਿਰ ਵੀ ਘਰਾਂ 'ਚੋਂ ਬਾਹਰ ਆ ਰਹੇ ਨੇ, ਜਿਸ ਦੇ ਕਾਰਨ ਪੰਜਾਬ ਪੁਲਿਸ ਨੇ ਸਖ਼ਤ ਵੀ ਕਰਦਿਆਂ ਬਲ ਦਾ ਪ੍ਰਯੋਗ ਵੀ ਕੀਤਾ, ਜਿਸ ਦੀਆਂ ਵੀਡੀਓ ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਹੀ ਲਈਆਂ ਹੋਣਗੀਆਂ, ਜਿੱਥੇ ਕਿ ਪੰਜਾਬ ਪੁਲਿਸ ਨੇ ਘਰੋਂ ਬਾਹਰ ਨਿਕਲਣ ਲਈ ਮਨ੍ਹਾ ਕੀਤਾ ਹੈ ਅਤੇ ਉੱਥੇ ਇੱਕ ਆਡੀਓ ਕਲਿੱਪ ਵੀ ਸਾਹਮਣੇ ਆਈ ਹੈ। ਇਸ ਆਡੀਓ ਕਲਿੱਪ ਦੇ ਵਿੱਚ ਪੰਜਾਬ ਵਿੱਚ ਵਸਦੇ ਪੰਜਾਬੀਆਂ ਨੂੰ ਇੱਕ ਮੈਸੇਜ ਦਿੱਤਾ ਗਿਆ ਹੈ। ਕੀ ਮੈਸੇਜ ਦਿੱਤਾ ਗਿਆ? ਆਓ ਇੱਕ ਝਲਕ ਮਾਰਦਿਆਂ ਆਡੀਓ ਕਲਿੱਪ ਦੇ ਵੱਲ। ਮੇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਵਾਸੀਓ, ਮੈਂ ਜੀ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ਾ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਸਾਡੇ ਸਾਰਿਆਂ ਦੇ ਸਿਰ ਦੇ ਉੱਤੇ ਮੰਡਰਾ ਰਿਹਾ ਜੀ, ਕਰੋਨਾ ਦੇ ਬਾਰੇ। ਮੈਂ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਸਾਰੇ ਆਪ ਜੀ ਦੇ ਚਰਨਾਂ ਜਾਗਰੂਕ ਕਰਨ ਵਾਸਤੇ ਮੈਂ ਆਪ ਜੀ ਨੂੰ ਸੰਬੋਧਿਤ ਹਾਂ। ਸੋ ਉਮੀਦ ਕਰਦਾ ਕਿ ਥੋੜ੍ਹਾ ਜਿਹਾ ਸਮਾਂ ਬਖਸ਼ੋਗੇ, ਕਿਉਂਕਿ ਜਿਹੜੇ ਸਿਰ ਇਸ ਵੇਲੇ ਸਾਡੇ ਸਿਰ ਦੇ ਉੱਤੇ ਹਾਲਾਤ ਪਏ ਨੇ, ਇਹ ਕੋਈ ਬੜਾ ਅਣਚਿਤਵਿਆ ਜਿਹਾ ਇੱਕ ਪਸਾਰਾ ਹੈ ਜੀ, ਜਿਹੜਾ ਪੰਜਾਬ ਦੇ ਵਿੱਚ ਔਰ ਸਾਰੇ ਮੁਲਕ ਨੂੰ ਹੀ ਆਪਣੀ ਗ੍ਰਿਫਤ ਦੇ ਵਿੱਚ ਲੈ ਰਿਹਾ ਹੈ। ਅਸੀਂ ਬੜੇ ਅਵੇਸਲੇ ਜੇ ਬੈਠੇ ਰਹੇ ਹਾਂ ਔਰ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਸ ਵੇਲੇ ਜਿਹੜਾ ਹੈਗਾ ਆ, ਸਾਨੂੰ ਡਰ ਹੈਗਾ ਕਿ ਇਹ ਪੰਜਾਬ ਦੇ ਵਿੱਚ ਇੱਕ ਮਹਾਂਮਾਰੀ ਦੇ ਰੂਪ ਦੇ ਵਿੱਚ ਜ਼ਰੂਰ ਫੈਲੇਗਾ। ਸੋ ਇਸ ਵੇਲੇ ਜਿਹੜੀ ਪੰਜਾਬ ਸਰਕਾਰ ਨੇ ਲੋਕਡਾਊਨ ਵਾਲੀ ਕੰਡੀਸ਼ਨ ਦੀ ਫੇਲੀਅਰ ਤੋਂ ਬਾਅਦ 'ਚ ਜਿਹੜਾ ਕਰਫਿਊ ਨਾਫਜ਼ ਕੀਤਾ ਹੈ, ਸੋ ਉਹਦੇ ਬਾਰੇ ਵੀ ਬੇਨਤੀ ਹੈ ਕਿ ਕਰਫਿਊ ਲੱਗਣ ਦੇ ਬਾਵਜੂਦ ਵੀ ਮੈਂ ਸਵੇਰੇ ਸ਼ਾਮ ਰਾਤ ਨੂੰ ਡਾਕਟਰਾਂ ਦੀਆਂ ਡਿਊਟੀਆਂ ਲੱਗ ਰਹੀਆਂ ਨੇ ਔਰ ਅਸੀਂ ਵੇਖ ਰਹੇ ਹਾਂ ਜੀ ਕਿ ਅਸੀਂ ਆਉਂਦੇ ਜਾਂਦੇ ਵੇਖਦੇ ਹਾਂ ਕਿ ਲੋਕ ਇਸ ਨੂੰ ਇੱਕ ਨਾ ਬੜਾ ਕੋਈ ਇੱਕ ਈਵੈਂਟ ਜਿਹਾ ਮੰਨ ਕੇ ਬਸ ਸੜਕਾਂ ਦੇ ਉੱਤੇ ਘੁੰਮਣਦੇ ਨੇ, ਕਲਕਾਰੀਆਂ ਮਾਰਦੇ ਨੇ ਗਲੀਆਂ ਬਾਜ਼ਾਰਾਂ ਦੇ ਵਿੱਚ। ਪਿੰਡਾਂ ਦੇ ਵਿੱਚ ਵੀ ਸਾਡੀਆਂ ਰੋਟੇਸ਼ਨ ਦੇ ਵਿੱਚ ਡਿਊਟੀਆਂ ਲੱਗੀਆਂ, ਅਸੀਂ ਵੇਖਦੇ ਉੱਥੇ ਪਿੰਡਾਂ ਦੇ ਵਿੱਚ ਚਲੋ ਪੁਲਿਸ ਨਹੀਂ ਪਹੁੰਚਦੀ ਅਤੇ ਇਹ ਡੇਰਿਆਂ ਤੋਂ ਬਾਹਰ ਆ ਕੇ ਤਾਸ਼ਾਂ ਖੇਡਣ ਦੇ ਨੇ ਜਾਂ ਚੌਂਕਾਂ ਦੇ ਵਿੱਚ ਬਹਿ ਕੇ ਟੈਂਪੂਆਂ ਦੇ ਵਿੱਚ ਬਹਿ ਕੇ ਰਿਕਸ਼ਿਆਂ ਦੇ ਉੱਤੇ ਬਹਿ ਕੇ ਸਿਗਟਾਂ ਫੂਕੀ ਜਾਂਦੇ ਨੇ, ਗੱਲਾਂ ਬਾਤਾਂ ਮਾਰੀ ਜਾਂਦੇ ਨੇ। ਸੋ ਇਹ ਜਿਹੜਾ ਕਰਫਿਊ ਹੈ ਜੀ, ਇਹ ਮੰਨ ਕੇ ਚਲੋ, ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕੋਈ ਵਧੀਆ ਵਰਤਾਰਾ ਨਹੀਂ ਹੁੰਦਾ ਕਰਫਿਊ ਲਾਉਣਾ, ਲੇਕਿਨ ਸਰਕਾਰ ਨੂੰ ਪਤਾ ਸਾਡੇ ਪੰਜਾਬ ਦੇ ਵਿੱਚ ਮੈਡੀਕਲ ਦੇ ਵਸੀਲੇ ਬੜੇ ਸੀਮਿਤ ਨੇ। ਤੁਹਾਨੂੰ ਅਰਜ਼ੋਈਆਂ ਕੀਤੀਆਂ ਗਈਆਂ, ਤੁਹਾਨੂੰ ਬੇਨਤੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ ਪ੍ਰਸ਼ਾਸਨ ਦੇ ਤਰਫੋਂ, ਭਾਵੇਂ ਉਹ ਪੁਲਿਸ ਦਾ ਪ੍ਰਸ਼ਾਸਨ ਹੋਵੇ ਜਾਂ ਸਿਵਲ ਇੰਤਜ਼ਾਮੀਆ ਹੋਵੇ, ਲੇਕਿਨ ਆਪਾਂ ਪੰਜਾਬੀ ਮਤਲਬ ਕਿ ਇਸ ਮੋਟੀ ਬੁੱਧੀ ਦੇ ਔਰ ਐਡੇ ਢੀਠ ਹੋਵਾਂਗੇ, ਮੈਂ ਕਦੀ, ਮਾਫ਼ ਕਰਨਾ ਇਹ ਕੌੜੇ ਲਫ਼ਜ਼ ਨੇ, ਪਰ ਅਸੀਂ ਕਦੀ ਸੋਚਿਆ ਨਹੀਂ ਸੀ ਕਿ ਅਸੀਂ ਐਡੇ ਢੀਠ ਔਰ ਐਡੀ ਮੋਟੀ ਬੁੱਧੀ ਦੇ ਜਾਂ ਮੂਰਖ ਕਿਸਮ ਦੇ ਵਿਅਕਤੀ ਹੋਵਾਂਗੇ। ਸੋ ਇਹ ਸਾਰਿਆਂ ਨੂੰ ਮੈਂ ਜਨਰਲਾਈਜ਼ ਤਾਂ ਨਹੀਂ ਕਰ ਸਕਦਾ ਜੀ, ਇਹਦੇ ਵਿੱਚ ਮਤਲਬ ਕਿ ਮੈਂ ਮੰਨ ਸਕਦਾ ਕਿ 70-75% ਬੰਦੇ ਬਹੁਤ ਸਿਆਣੇ ਨੇ, ਲੇਕਿਨ 25% ਦੀ ਜਿਹੜੇ ਮੂਰਖ ਹੈਗੇ ਨੇ, ਜਿਹੜੇ ਸੜਕਾਂ ਦੇ ਉੱਤੇ ਮੰਡੀਰ ਵਾਧਾ ਕਹਿ ਲਓ ਜਾਂ ਜਿਨ੍ਹਾਂ ਨੂੰ ਕੋਈ ਅਕਲ ਹੀ ਨਹੀਂ ਹੈਗੀ, ਸੋ ਉਹਨਾਂ ਦੀ ਬਾਬਤ ਇਹ ਸਾਰੇ ਪੰਜਾਬ ਨੂੰ ਸਾਨੂੰ ਇਹਦਾ ਖਮਿਆਜ਼ਾ ਭੁਗਤਣਾ ਪਵੇਗਾ ਔਰ ਬਹੁਤ ਬੁਰਾ ਭੁਗਤਣਾ ਪਵੇਗਾ। ਇਸ ਤੋਂ ਪਹਿਲਾਂ ਕਿ ਮੈਂ ਗੱਲ ਪੂਰੇ ਰੋਡ ਦੇ ਵਿੱਚ ਸ਼ੁਰੂ ਕਰਾਂ, ਮੈਂ ਸਿਰਫ ਇੰਨੀ ਬੇਨਤੀ ਕਰੂੰਗਾ ਕਿ ਹਾਲਾਤ ਐਡੇ ਮਾੜੇ ਨੇ, ਸੱਚ ਮੰਨਿਓ ਜੇ ਇਹ ਸਾਡੇ ਹੱਥੋਂ ਨਿਕਲ ਗਏ, ਉਹ ਭਾਵੇਂ ਤੁਸੀਂ ਜੇ, ਭਾਵੇਂ ਇੰਤਜ਼ਾਮੀਆਂ ਏ, ਭਾਵੇਂ ਡਾਕਟਰ ਏ, ਠੀਕ ਹੈ ਨਾ, ਜੇ ਇਹ ਸਾਡੇ ਹੱਥੋਂ ਨਿਕਲ ਗਏ ਤਾਂ ਇੱਕ ਗੱਲ ਕੌੜੀ ਗੱਲ, ਜੇ ਪਰਮਾਤਮਾ ਬਖਸ਼ੇ ਇਹ ਮੇਰੇ ਲਫ਼ਜ਼ ਜਿਹੜੇ ਮੈਂ ਬੋਲਣ ਜਾ ਰਿਹਾ 200% ਗਲਤ ਹੋਣ, ਇਹ ਮੰਨ ਕੇ ਚੱਲੋ ਕਿ ਮੌਤ ਤੋਂ ਬਾਅਦ ਮੂੰਹ ਦੇ ਵਿੱਚ ਕੋਈ ਘਿਓ ਪਾਉਣ ਵਾਲਾ ਵੀ ਨਹੀਂ ਲੱਭੇਗਾ। ਅਸੀਂ ਡਾਕਟਰ ਹਾਂ ਔਰ ਸਾਰਿਆਂ ਨੇ ਅਸੀਂ ਸਲਾਹ ਕੀਤੀ, ਅਸੀਂ ਬੜੇ ਤੁਹਾਡੇ ਵਾਸਤੇ ਚਿੰਤਾਤੁਰ ਹੈਗੇ, ਸੱਚ ਮੰਨਿਓ ਸਾਨੂੰ ਤੁਹਾਡਾ ਬਹੁਤ ਜ਼ਿਆਦਾ ਫਿਕਰ ਜੇ, ਸਾਨੂੰ ਆਪਣੇ ਪਰਿਵਾਰਾਂ ਦਾ ਫਿਕਰ ਹੈਗਾ, ਕਿਉਂਕਿ ਜੇ ਤੁਸੀਂ ਬਿਮਾਰ ਹੋ ਕੇ ਸਾਡੇ ਕੋਲ ਆਉਂਦੇ ਜਾਂ, ਔਰ ਸਭ ਤੋਂ ਪਹਿਲਾਂ ਜਿਹੜੀ ਬਿਮਾਰੀ ਗ੍ਰਸਤ ਹੋਣ ਦਾ ਡਰ ਹੈਗਾ ਆ, ਉਹ ਇਸ ਵੇਲੇ ਡਾਕਟਰ ਅਤੇ ਡਾਕਟਰੀ ਅਮਲੇ ਨੂੰ ਆ, ਜਿਨ੍ਹਾਂ ਦੇ ਵਿੱਚ ਨਰਸਾਂ ਨੇ, ਪੈਰਾਮੈਡੀਕਲ ਸਟਾਫ ਹੈ, ਫਾਰਮਾਸਿਸਟ ਨੇ, ਠੀਕ ਹੈ ਨਾ, ਜੋ ਵੀ ਤੁਹਾਡੇ ਨਾਲ ਭਾਵੇਂ ਸਾਡੇ ਉੱਥੇ ਕੰਮ ਕਰਦੇ ਸਾਡੇ ਸੇਵਾਦਾਰ ਵੀਰ ਭੈਣਾਂ ਨੇ, ਸਾਨੂੰ ਸਭ ਤੋਂ ਵੱਧ ਖਤਰਾ ਹੈ ਇਸ ਵੇਲੇ, ਔਰ ਅਸੀਂ ਆਪ ਵੀ ਆਪਣੀ ਜ਼ਿੰਦਗੀ ਜਿਉਣੀ ਚਾਹੁੰਦੇ ਹਾਂ, ਔਰ ਅਸੀਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਕਿਰਪਾ ਕਰਕੇ ਤੁਸੀਂ ਵੀ ਲੰਮੀਆਂ ਉਮਰਾਂ ਭੋਗੋ, ਜਿਨ੍ਹਾਂ ਦਾ ਘਰ ਦਾ ਜੀ ਚਲਾ ਜਾਂਦਾ, ਜੇ ਸੱਚ ਮੰਨਿਓ ਵੀਰੋ, ਉਹਨਾਂ ਨੂੰ ਕੋਈ ਨਹੀਂ ਜੇ ਪੁੱਛਦਾ,
ਰੱਬ ਪਰਮਾਤਮਾ ਮਿਹਰ ਕਰੇ, ਤੁਸੀਂ ਆਪੋ ਆਪਣੇ ਧਾਰਮਿਕ ਅਕੀਦਿਆਂ ਦੇ ਮੁਤਾਬਕ ਤੁਸੀਂ ਹਿੰਦੂ ਹੋ, ਮੁਸਲਮਾਨ ਹੋ, ਸਰਦਾਰ ਹੋ, ਕ੍ਰਿਸਚਨ ਹੋ, ਕੁਛ ਵੀ ਹੋ, ਆਪੋ ਆਪਣੇ ਧਾਰਮਿਕ ਰੀਤੀ ਰਿਵਾਜ਼ਾਂ ਦੇ ਮੁਤਾਬਕ ਸਿਰਫ ਘਰਾਂ ਦੇ ਕਮਰਿਆਂ ਦੇ ਵਿੱਚ ਬਹਿ ਕੇ, ਮਾਫ਼ ਕਰਨਾ, ਧਾਰਮਿਕ ਸਥਾਨਾਂ 'ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਅਸੀਂ ਕੋਈ ਦੁਨਿਆਵੀ ਸ਼ਕਤੀਆਂ ਦੇ ਮਾਲਕ ਤਾਂ ਨਹੀਂ ਹੈਗੇ। ਅਸੀਂ ਚਲੋ ਜੋ ਕਿਤਾਬੀ ਬੋਧ ਸਾਨੂੰ ਅਸੀਂ ਤਾਂ ਉਨੇ ਮੁਤਾਬਕ ਗਿਆਨ ਕਰ ਸਕਦੇ ਹਾਂ ਵੀ ਧਾਰਮਿਕ ਜਗ੍ਹਾ ਦੇ ਉੱਤੇ ਜਾਣਾ ਵੀ ਜਿਹੜਾ ਇਸ ਵੇਲੇ ਹੈਗਾ ਨਾ, ਸਾਨੂੰ ਡਰ ਹੈ ਕਿ ਉਹ ਵੀ ਬਿਮਾਰੀ ਫੈਲਾਏਗਾ। ਰੱਬ ਜਦੋਂ ਸਾਰੇ ਪਾਸੇ ਆਖਿਆ ਜਾਂਦਾ ਕਿ ਸਾਡੇ ਕੋਲ ਹੀ ਇਹ ਘਰਾਂ 'ਚ ਬਹਿ ਕੇ ਅਰਦਾਸਾਂ ਕਰੋ, ਪੂਜਾ ਕਰੋ, ਆਰਤੀਆਂ ਕਰੋ, ਦੁਆਵਾਂ ਪੜ੍ਹੋ, ਤੁਸੀਂ ਠੀਕ ਹੈ ਨਾ, ਪ੍ਰਾਰਥਨਾਵਾਂ ਕਰੋ, ਪਰ ਇਹ ਅਰਦਾਸ ਕਰੋ ਇਸ ਵੇਲੇ ਸਰਬੱਤ ਦੇ ਭਲੇ ਦੀ ਅਰਦਾਸ ਦੀ ਬਹੁਤ ਜ਼ਰੂਰਤ ਹੈ। ਪਰਮਾਤਮਾ ਭਲਾ ਕਰੇ, ਅਸੀਂ ਸਾਰੇ ਬਚੀਏ। ਸੋ ਮੇਰੀ ਹੱਥ ਜੋੜ ਕੇ ਬੇਨਤੀ, ਜੇ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ, ਤੁਸੀਂ ਕਿਤੇ ਨਹੀਂ ਕੁਝ ਹੁੰਦਾ। ਪੰਜਾਬੀ ਬੜੇ ਮੋਟੇ ਤਾਜ਼ੇ ਹੁੰਦੇ ਨੇ, 2-4 ਦਿਨ ਰੋਟੀ ਨਹੀਂ ਵੀ ਮਿਲੂਗੀ ਤਾਂ ਅਸੀਂ ਮਰਨ ਨਹੀਂ ਜੇ ਲੱਗੇ। ਔਰ ਅਸੀਂ ਐਡੇ ਮਾੜੇ ਦਿਲ ਦੇ ਵੀ ਨਹੀਂ ਹੈਗੇ, ਜੇ ਕਿਸੇ ਦੇ ਕੋਲ ਨਹੀਂ ਹੈਗੀ, ਕੋਠੇ ਤੋਂ ਹੀ ਆਵਾਜ਼ ਮਾਰ ਲਓ, ਜੰਬੂਏ ਦੇ ਵਿੱਚੋਂ ਖਲੋ ਕੇ ਆਵਾਜ਼ ਮਾਰ ਲਓ, ਔਰ ਇੰਨਾ ਕਰ ਲਓ ਕਿ ਕਿਸੇ ਕੋਲੋਂ ਦਾਲ ਦੀ ਕੌਲੀ, ਆਟੇ ਦਾ ਭਾਂਡਾ ਮੰਗ ਲਵੋ, ਲੇਕਿਨ ਬਾਹਰ ਨਾ ਜਾਓ। ਇਹ ਨਿਰੀ ਤੁਹਾਡੀ ਮੌਤ ਹੈਗੀ ਜੀ। ਇਸ ਵੇਲੇ ਡਰ ਇੰਨਾ ਹੈਗਾ ਕਿ ਸਟੀਲ ਦੀਆਂ ਚੀਜ਼ਾਂ ਨੂੰ ਹੱਥ ਦੇ ਵਿੱਚ ਫੜਨ ਦੇ ਨਾਲ, ਕੱਚ ਦੇ ਉੱਤੇ ਹੱਥ ਲੱਗਣ ਦੇ ਨਾਲ, ਤੁਹਾਡੇ ਦਰਵਾਜ਼ਿਆਂ ਦੀਆਂ ਡੋਰ ਬੈੱਲ, ਤੁਹਾਡੇ ਦਰਵਾਜ਼ਿਆਂ ਦੇ ਕੁੰਡੇ ਹੈਂਡਲ ਜਿਹੜੇ, ਇੱਥੋਂ ਤੱਕ ਡਰ ਹੈਗਾ ਕਿ ਉਹਨਾਂ ਦੇ ਵਿੱਚ ਵੀ ਵਾਇਰਸ ਹੋਏਗਾ, ਜਿਹਦੇ ਸਾਨੂੰ ਮਿਆਦ ਹੀ ਨਹੀਂ ਪਤਾ ਕਿ ਉਹ 24 ਘੰਟੇ ਜੀਂਦਾ ਰਹਿਣਾ, 36 ਘੰਟੇ ਜਾਂ 48 ਘੰਟੇ। ਸੋ ਬੇਨਤੀ ਹੈ ਕਿ ਕਿਰਪਾ ਕਰਕੇ ਆਪੋ ਆਪਣੇ ਘਰਾਂ ਦੇ ਵਿੱਚ ਰਹੋ, ਨਾ ਮੌਤ ਨੂੰ ਆਵਾਜ਼ਾਂ ਮਾਰੋ, ਠੀਕ ਹੈ ਨਾ। ਅੱਜ ਦੁਨੀਆਂ ਜਿਹੜੇ ਅਸੀਂ ਸੁਖੀ ਤਾਦੀ ਵਸਾਂਗੇ ਜੇ ਘਰਾਂ ਦੇ ਵਿੱਚ ਰਹੋ, ਤੁਹਾਨੂੰ ਗੁਆਂਢ ਦੇ ਵਿੱਚ ਵੀ ਜਾਣ ਦੀ ਜ਼ਰੂਰਤ ਨਹੀਂ ਜੇ ਘਰਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਮੇਡ ਆਉਂਦੀਆਂ ਨੇ, ਜਿਹੜੀਆਂ ਸ਼ਹਿਰਾਂ ਦੇ ਵਿੱਚ ਆਉਂਦੀਆਂ ਨੇ ਬੀਬੀਆਂ, ਉਹ ਆ ਕੇ ਘਰਾਂ ਦੀਆਂ ਸਫਾਈਆਂ, ਭਾਂਡੇ, ਕੱਪੜੇ ਧੋਂਦੀਆਂ ਨੇ, ਉਹਨਾਂ ਨੂੰ ਵੀ ਛੁੱਟੀ ਕਰ ਦਿਉ, ਉਹ ਵੀ ਕਿਸੇ ਘਰ ਦੇ ਵਿੱਚ ਨਾ ਆਉਣ, ਨਾ ਉਹਨਾਂ ਨੂੰ ਆਖੋ, ਬੇਨਤੀ ਕਰੋ ਵੀ ਆਪਣੇ ਘਰੋਂ ਨਾ ਨਿਕਲਣ। ਔਰ ਜਿਹੜੇ ਮੇਰੇ ਪਿੰਡਾਂ ਦੇ ਵਿੱਚ ਵੀਰ ਹੈਗੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਕਾਮੇ ਨੇ ਜਾਂ ਬੀਬੀਆਂ ਗੋਹਾ ਕੂੜਾ ਕਰਨ ਆਉਂਦੀਆਂ, ਉਹਨਾਂ ਨੂੰ ਛੁੱਟੀ ਦੇ ਦਿਉ, ਠੀਕ ਹੈ। ਨਾ ਆਪਣੇ ਘਰੋਂ ਬਾਹਰ ਨਿਕਲੋ, ਨਾ ਆਪਣੇ ਘਰ ਦੇ ਵਿੱਚ ਕਿਸੇ ਨੂੰ ਵੜੋ। ਕੋਈ ਆਂਢ ਗੁਆਂਢ, ਤੁਹਾਡਾ ਸ਼ਰੀਕਾ, ਭਾਈਚਾਰਾ, ਚਾਚੇ, ਤਾਏ, ਗੁਰਦੁਆਰੇ, ਮੰਦਰ, ਜੋ ਵੀ ਕੁਝ ਹੈਗਾ ਜੀ, ਇਸ ਵੇਲੇ ਘਰੋਂ ਹੀ ਅਰਦਾਸਾਂ ਕਰੋ। ਹਰ ਇੱਕ ਧਰਮ ਦੇ ਵਿੱਚ ਇਹੋ ਹੀ ਆਖਿਆ ਕਿ ਰੱਬ ਤੁਹਾਡੇ ਨੇੜੇ ਵੱਸਦਾ, ਰੱਬ ਤੁਹਾਡੇ ਵਿੱਚ ਵੱਸਦਾ। ਸੋ ਅਸੀਂ ਜੇ 10-15 ਦਿਨ ਇਹ ਸੌਖੇ ਕੱਢ ਲਏ ਮੇਰੇ ਵੀਰੋ, ਸਾਰੇ ਜਾਣੇ ਜ਼ਿੰਦਗੀ ਦੇ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਕਿਤੇ ਨਹੀਂ ਸਾਡੀਆਂ ਫਸਲਾਂ ਨੂੰ ਕੁਝ ਹੋ ਚੱਲਿਆ, ਕਿਤੇ ਨਹੀਂ ਸਾਡੀਆਂ ਦੁਕਾਨਦਾਰੀਆਂ ਡੁੱਬ ਚੱਲੀਆਂ, ਕਿਤੇ ਨਹੀਂ ਸਾਡੇ ਸੂਟ ਗਹਿਣੇ ਰਹਿ ਚੱਲੇ, ਠੀਕ ਹੈ ਨਾ। ਬੜੇ ਜ਼ਿੰਦਗੀ ਦੇ ਵਿੱਚ ਜ਼ਰੂਰੀ ਕੰਮ ਹੁੰਦੇ ਨੇ, ਲੇਕਿਨ ਜੇ ਜ਼ਿੰਦਗੀ ਰਹੂਗੀ, ਇਹ ਕੰਮ ਧੰਦੇ ਵੀ ਹੋ ਜਾਣਗੇ। ਜੇ ਜ਼ਿੰਦਗੀ ਹੱਥੋਂ ਨਿਕਲ ਗਈ ਤਾਂ ਯਾਦ ਰੱਖਿਓ, ਕੱਖ ਵੀ ਨਹੀਂ ਜੇ ਲੱਭਣਾ। ਸੋ ਇਹ ਮਹਾਂਮਾਰੀ ਜਿਹਨੂੰ ਮਹਾਂਮਾਰੀ ਦੇ ਨਾਲ ਟ੍ਰੀਟ ਕਰੋ, ਇਹਦਾ ਕੋਈ ਪਤਾ ਨਹੀਂ ਜੇ ਹੈਗਾ, ਰੱਬ ਨਾ ਕਰੇ, ਕਿਹਦੇ ਘਰ ਦੇ ਵਿੱਚੋਂ, ਕਿਹਦੇ ਸਿਰ ਦੇ ਉੱਤੋਂ ਪਿਓ ਦਾ ਸਾਇਆ ਉੱਠ ਜਾਣਾ ਹੈ, ਕਿਹਦੀ ਮਾਂ ਚਲੀ ਜਾਣੀ ਹੈ, ਕਿਹਦੀ ਕਮਾਉਣ ਵਾਲੀ ਚਲ, ਕਿਹਦਾ ਕਮਾਉਣ ਵਾਲਾ ਸਿਰ ਦਾ ਸਾਈਂ ਚਲਾ ਜਾਣਾ, ਅਤੇ ਕਿਹਦੀ ਪਕਾਉਣ ਵਾਲੀ ਚਲੀ ਜਾਣੀ ਹੈ, ਕੋਈ ਨਹੀਂ ਪਤਾ। ਕਿਹਦਾ ਬੱਚਾ ਜਿਹੜਾ ਹੈਗਾ ਆ ਉਹ ਚੜ੍ਹਾਈ ਕਰ ਜਾਵੇਗਾ, ਕਿਸੇ ਨੇ ਯਤੀਮ ਹੋ ਜਾਣਾ, ਕੋਈ ਬੀਬੀ ਰੱਬ ਨਾ ਕਰੇ ਸਿਰੋਂ ਨੰਗੀ ਹੋਏਗੀ, ਕਿਸੇ ਦੇ ਘਰ ਦਾ ਉਹ ਪਤਨੀ ਚਲੀ ਜਾਏਗੀ। ਸੋ ਇਹ ਸਾਡੀ ਬੇਨਤੀ, ਜੇ ਬੰਦੇ ਬਣ ਜਾਓ, ਇਹ ਡਾਕਟਰੀ ਕੰਮ ਜੇ, ਇਹ ਕੋਈ ਤੁਸੀਂ ਆਪਣੇ ਨਾਂ ਕਿਆਫੇ ਲਓ ਜਿਹੜੇ, ਔਰ ਜਿਹੜੇ ਸੱਜਣੇ ਆ ਕੇ ਇੱਥੇ ਟਿਕਟੋਕ ਦੇ ਉੱਤੇ ਦੂਜੇ ਤੀਜੇ ਬੋਲਦੇ ਨੇ ਜਾਂ ਘਰਾਂ ਦੇ ਵਿੱਚ ਹੀ ਆਉਂਦੇ, ਬੜੇ ਦਲੇਰ ਬਣਦੇ ਆ, ਕੁਝ ਨਹੀਂ ਹੋਣ ਲੱਗਾ, ਕੁਝ ਨਹੀਂ ਹੋਣ ਲੱਗਾ, ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਕੋਈ ਨਾ ਕੋਈ ਸ਼ੱਕੀ ਮਰੀਜ਼ ਇਸ ਵੇਲੇ ਕਰੋਨਾ ਦਾ ਜ਼ਰੂਰ ਪਿਆ ਹੈ। ਜਿਹੜਾ ਕਹਿੰਦਾ ਨਾ ਕੁਝ ਨਹੀਂ ਹੋਣ ਲੱਗਾ, ਉਹਨੂੰ ਕਿਰਪਾ ਕਰਕੇ ਕਿਸੇ ਸਿਵਲ ਹਸਪਤਾਲ ਦੇ ਵਿੱਚ ਜਾਂ ਇੱਥੇ ਜਿਹੜੇ ਲਾਗੇ ਤੁਹਾਡੇ ਮੈਡੀਕਲ ਕਾਲਜ ਹੈਗੇ ਨੇ, ਕੇਂਦਰ ਹੈਗੇ ਨੇ, ਉਹਨਾਂ ਦੇ ਵਿੱਚ ਭੇਜ ਦਿਉ, ਉਹਨੂੰ ਆਪੇ ਪਤਾ ਲੱਗ ਜੂਗਾ। ਅਸੀਂ ਵੀ ਤਾਂ ਮੌਤ ਦੇ ਮੂੰਹ ਦੇ ਨਾਲ ਇਸ ਵੇਲੇ ਉਹਨਾਂ ਦੇ ਅੱਗੇ ਖਲੋਤੇ ਹਾਂ, ਕੋਈ ਨਹੀਂ 10-12 ਦਿਨ ਸਾਡੇ ਨਾਲ ਕੱਢ ਲੈਣਗੇ, ਫਿਰ ਪੁੱਛਾਂਗੇ 13-14 ਦਿਨ ਵੀ ਹਾਂ ਵੀ ਹੈਗਾ ਕਿ ਚੜ੍ਹਾਈ ਕਰ ਗਿਆ। ਸੋ ਬੇਨਤੀ ਹੈਗੀ ਆ ਵੀ ਆਪਣੇ ਆਪ ਨੂੰ ਬਚਾਓ, ਪਰਿਵਾਰ ਵੀ ਬਚਾਓ, ਚੁੱਪ ਕਰਕੇ ਘਰਾਂ ਦੇ ਅੰਦਰ ਦੜਵੱਟ ਕੇ ਸੌਂ ਜਾਓ, ਰੱਬ ਦਾ ਨਾਂ ਲਓ, ਅਰਦਾਸ ਕਰੋ, ਮਿਹਰ ਕਰੋ, ਔਰ ਪਰਮਾਤਮਾ ਦੇ ਅੱਗੇ ਇਹੋ ਬੇਨਤੀਆਂ ਕਰੋ ਕਿ ਪਰਮਾਤਮਾ ਸਾਡੀ ਜਿਹੜੀ ਹੈਗੀ, ਜੇ ਇਟਲੀ, ਚੀਨ, ਅਮਰੀਕਾ, ਕਨੇਡਾ ਇਹਨਾਂ ਵਰਗੇ ਗਰਕ ਸਕਦੇ, ਅਸੀਂ ਉਹਨਾਂ ਦੇ ਮੁਤਾਬਕ ਕਿਤੇ ਨਹੀਂ ਜੇ ਹੈਗੇ। ਸਾਡੀਆਂ ਹੈਲਥ ਫੈਸਿਲਿਟੀਜ਼ ਬੜੀਆਂ ਲਿਮਿਟਡ ਨੇ, ਬੜੀਆਂ ਸੀਮਿਤ ਨੇ, ਅਸੀਂ ਥੋੜ੍ਹੇ ਮਰੀਜ਼ ਸਾਂਭ ਸਕਦੇ। ਜੇ ਪੰਜਾਬੀ ਦੀ ਯਾਦ ਰੱਖਿਓ ਕਿ ਜਿਹੜੀਆਂ 10-12-15-20 ਗਾਵਾਂ, ਮੱਝਾਂ, ਭੇਡਾਂ ਸਾਂਭ ਸਕਦੇ, ਬਹੁਤਾ ਵੱਗ ਸਾਡੇ ਕੋਲ ਨਹੀਂ ਜੇ ਸਾਂਭਿਆ ਜਾਣਾ। ਸੋ ਆਪਣੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਕਰਿਓ, ਆਪਣੇ ਘਰਾਂ ਦੇ ਵਿੱਚ ਰਹੋ, ਬਾਰ ਬਾਰ ਹੱਥ ਜੋੜ ਕੇ। ਕੋਈ ਮੈਂ ਇੱਕ ਇੰਡੀਵਿਜੁਅਲ ਡਾਕਟਰ ਨਹੀਂ, ਮੈਂ ਕੋਈ ਆਪਣੀ ਮਸ਼ਹੂਰੀ ਨਹੀਂ ਕਰਨੀ ਚਾਹੁੰਦਾ, ਨਾ ਮੈਂ ਆਪਣਾ ਨਾਮ ਦੱਸਿਆ ਆ, ਪਰ ਮੈਂ ਤੁਹਾਨੂੰ ਸੱਚਾਈ ਬਿਆਨ ਕਰ ਰਿਹਾ ਜੇ ਕਿ ਆਉਣ ਵਾਲਾ ਸਮਾਂ ਬੜਾ ਮਾੜਾ, ਬੜਾ ਘਾਤਕ ਹੈਗਾ ਜੇ। ਇਹ ਸਿਰਫ ਜੇ ਬਚੇ ਤੁਸੀਂ ਅਤੇ ਤੁਹਾਡੇ ਘਰਾਂ ਦੇ ਵਿੱਚ ਰਹਿਣ ਦੇ ਨਾਲ ਬਚਣਾ ਜੇ, ਤੁਹਾਡੀਆਂ ਅਰਦਾਸਾਂ ਦੇ ਨਾਲ ਬਚਣਾ ਜੇ, ਔਰ ਰੱਬ ਦੀ ਕਿਤੇ ਨਜ਼ਰ ਸਵਾਲੀ ਹੋ ਗਈ ਅਤੇ ਤੁਸੀਂ ਸੱਚ ਮੰਨਿਓ, ਪੰਜਾਬ ਬਚੂਗਾ, ਨਹੀਂ ਤਾਂ ਵੇਖਿਓ ਰੱਬ ਨਾ ਕਰੇ। ਅਸੀਂ ਕਹਿੰਦੇ ਵੀ ਸਾਡੇ ਬਿਆਨ ਗਲਤ ਹੋਣ ਕੇ, ਅਤੇ ਇਹ ਨਾ ਹੋਵੇ ਕਿ ਅਸੀਂ ਇਹ ਮੁੜ ਕੇ ਗੱਲਾਂ ਕਰਨ ਜੋਗੇ ਜਾਂ ਇਹ ਚੀਜ਼ਾਂ ਹੀ ਰਹਿ ਜਾਣ ਕਿ ਵਾਕਈ ਯਾਰ ਸਾਨੂੰ ਅਗਾਹ ਕੀਤਾ ਗਿਆ ਸੀ, ਲੇਕਿਨ ਅਸੀਂ ਆਪਣੇ ਹੱਥੀਂ ਆਪ ਮੌਤ ਸਹਿੜੀਏ।
ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਵੀਰੋ। ਗੁਰਦੁਆਰੇ ਮੰਦਰਾਂ ਦੇ ਵਿੱਚ ਜਾ ਕੇ ਉੱਥੋਂ ਦੇ ਭਾਈਆਂ ਪੁਜਾਰੀਆਂ ਮੌਲਵੀਆਂ ਜਾਂ ਜਿਹੜੇ ਚਰਚਾਂ ਦੇ ਪ੍ਰੀਸਟ ਹੈਗੇ ਨੇ ਉਹਨਾਂ ਦੇ ਕੋਲੋਂ ਵੀ ਜਾ ਕੇ ਇਹਨਾਂ ਚੀਜ਼ਾਂ ਦਾ ਕੋਈ ਐਕਸਟ੍ਰੈਕਟ ਕੱਢ ਕੇ ਉਹਨਾਂ ਨੂੰ ਆਖੋ ਕਿ ਅਨਾਊਂਸਮੈਂਟ ਕਰੋ, ਘਰਾਂ ਦੇ ਵਿੱਚ ਵੜ ਜਾਓ, ਦਣ ਵੱਟ ਕੇ ਸੌਂ ਜਾਓ ਮੇਰੇ ਵੀਰ, ਬਚ ਜਾਓਗੇ। ਅਸੀਂ ਭੁੱਖਣੀ ਮਰ ਲੱਗੇ ਕੁਝ ਨਹੀਂ ਹੁੰਦਾ, ਜੇ ਜਿਉਂਦੇ ਰਹੇ ਤਾਂ ਯਾਦ ਰੱਖਿਓ 2-3 ਮਹੀਨਿਆਂ ਬਾਅਦ ਸਾਰੀਆਂ ਕਮਾਈਆਂ ਹੋ ਜਾਂਦੀਆਂ। ਬੰਦੇ ਜਿਉਂਦੇ ਰਹਿਣੇ ਚਾਹੀਦੇ ਨੇ, ਪੈਸੇ ਆ ਜਾਂਦੇ ਨੇ, ਅਤੇ ਪੈਸਾ ਹੋਵੇ ਲੇਕਿਨ ਤੁਸੀਂ ਬੰਦਾ ਨਹੀਂ ਜੇ ਕਮਾ ਸਕਦੇ ਜ਼ਿੰਦਗੀ ਦਾ, ਯਾਦ ਰੱਖਿਓ ਬਜ਼ੁਰਗਾਂ ਦਾ। ਤੁਸੀਂ ਸੁਣਿਆ ਮੈਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ, ਚੰਗਾ ਲੱਗੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ। ਟਾਈਮ ਥੋੜ੍ਹਾ ਮੈਂ 9 ਮਿੰਟ ਦੇ ਕਰੀਬ ਲੈ ਚੱਲਿਆ, 8.5 ਮਿੰਟ ਨੇ, ਪਰ ਇਹ ਗੱਲਾਂ ਵੈਲਿਊਏਬਲ ਹੈਗੀਆਂ ਨੇ, ਇਹਨੂੰ ਸਮਝ ਲਿਓ। ਮੈਂ ਬੜੀ ਠੇਠ ਪੰਜਾਬੀ ਦੇ ਵਿੱਚ ਸਮਝਣ ਵਾਲੀ ਬੋਲੀ ਦੇ ਵਿੱਚ ਗੱਲ ਕੀਤੀ ਹੈ ਕਿ ਕਿਤੇ ਇਹ ਨਾ ਹੋਵੇ ਵੀ ਤੁਹਾਨੂੰ ਸਮਝ ਨਾ ਲੱਗੇ ਜਾਂ ਤੁਹਾਡੇ ਸਿਰ ਤੋਂ ਬਣਨਗੇ, ਪਰ ਸਿਰਫ ਸੁਣ ਕੇ ਇਹਨੂੰ ਸੁੱਟ ਨਾ ਦਿਓ, ਇਹਨਾਂ ਗੱਲਾਂ ਨੂੰ ਦਿਮਾਗ ਦੇ ਵਿੱਚ ਵੜੋ ਔਰ ਆਪਣੇ ਹੱਥ ਧੋਂਦੇ ਰਹੋ। ਛਿੱਕ ਛੁੱਕ ਜਿਹੜੀ ਹੈਗੀ ਤੁਹਾਨੂੰ ਜੋ ਪ੍ਰਚਾਰ ਹੋ ਰਿਹਾ, ਕਿਰਪਾ ਕਰਕੇ ਜਿਹੜਾ ਉਹਦਾ ਪਾਲਣ ਕਰੋ। ਧੰਨਵਾਦ ਜੀ।